ਫਰੀਦਕੋਟ ਵਿੱਚ ਸੀਨੀਅਰ ਪੁਲਿਸ ਕਪਤਾਨ ਵੱਲੋਂ ਸੜਕਾਂ ਦੇ ਉੱਪਰ ਰੂਰਲ ਰੈਪਿਡ ਫੋਰਸ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਗੱਡੀਆਂ ਦੀ ਦਿਨ ਰਾਤ ਸੜਕਾਂ ਤੇ ਘੁੰਮ ਕੇ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਣਗੀਆਂ। 8 ਘੰਟੇ ਦੀ ਸ਼ਿਫਟ ਨਾਲ ਇਸ ਵਿੱਚ ਮੁਲਾਜ਼ਮ ਕੰਮ ਕਰਨ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆਉਣ ਤੇ ਆਪਣੇ ਉੱਚ ਅਫਸਰਾਂ ਨੂੰ ਇਸ ਬਾਰੇ ਦੱਸਣਗੇ। ਹਰ ਘਟਨਾ ਵਾਪਰਨ ਤੇ ਤੁਰੰਤ ਬਾਅਦ ਮੌਕੇ ਤੇ ਪਹੁੰਚਣਗੇ। ਫਰੀਦਕੋਟ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ, ਆਈ ਭਾਰਤ। ਮੈਡਮ ਕਿਸ ਤਰੀਕੇ ਨਾਲ ਕੰਮ ਕਰੇਗਾ ਜੋ ਨਵਾਂ ਰੋਡ ਤਿਆਰ ਕੀਤਾ? ਇਹ ਜੀ ਪਹਿਲਾਂ ਵੀ ਆਪਣੇ ਕੋਲ ਗੱਡੀਆਂ ਸੀਗੀਆਂ ਪਰ ਪਹਿਲਾਂ ਐਕਟੀਵੇਟਡ ਨਹੀਂ ਸੀ, ਅਸੀਂ ਇਹਨਾਂ ਨੂੰ ਦੁਬਾਰਾ ਚਾਲੂ ਕੀਤਾ ਹੈਗਾ। ਸੋ ਜਿਸ ਤਰ੍ਹਾਂ ਨਾਮ ਹੈਗਾ RRPRS ਰੈਪਿਡ ਰੂਰਲ ਪੁਲਿਸ ਰਿਸਪੌਂਸ ਸਿਸਟਮ, ਸੋ ਅਸੀਂ ਇਹਨਾਂ ਦਾ ਮੈਪ ਨੂੰ ਦੇਖ ਕੇ ਪਲਾਨ ਕੀਤੇ ਹੋਏ, ਇਹਨਾਂ ਦੇ ਰੂਟਸ ਪਲਾਨ ਕੀਤੇ ਹੈਗੇ ਸਾਰਿਆਂ ਦੇ। 5 ਜ਼ਿਲ੍ਹਿਆਂ ਦੀ ਆਪਣੀ ਜਿਹੜੀ ਹੱਦ ਲੱਗਦੀ ਹੈ ਉੱਥੇ ਜਿਹੜਾ ਰੂਰਲ ਏਰੀਆ ਦੇ ਹੱਥੀ ਏਰੀਆ ਨੂੰ ਇਹ ਰੋਡਸ 'ਤੇ ਕਵਰ ਕਰਨਗੇ। ਔਰ 4 ਅਸੀਂ ਇਹਨਾਂ ਦੇ 4 ਹੋਲਟ ਪੁਆਇੰਟਸ ਬਣਾਇਆ ਜਿੱਥੇ 2-3 ਘੰਟੇ ਦਾ ਸਟੋਪ ਹੈਗਾ। ਅਰਾਊਂਡ 15-16 ਕਿਲੋਮੀਟਰ ਦਾ ਇੱਕ ਗੱਡੀ ਨੂੰ ਜਿਹੜਾ ਹੈਗਾ ਰੂਟ ਦਿੱਤਾ ਗਿਆ। ਸੋ ਇਹਨਾਂ ਦਾ ਬੇਸਿਕ ਪਰਪਜ਼ ਇਹ ਹੈ ਕਿ ਜਿਸ ਤਰ੍ਹਾਂ ਰਾਤ ਨੂੰ ਵੀ ਕਈ ਵਾਰੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਜਾਂ ਹਾਈਵੇ 'ਤੇ ਕੋਈ ਵੀ ਇੰਸੀਡੈਂਟ ਹੁੰਦਾ ਜਾਂ ਇਹਦੇ ਹੱਥੇ ਏਰੀਏ ਵਿੱਚ ਕੁਛ ਵੀ ਹੁੰਦਾ, ਤਾਂ ਇਹ ਫਸਟ ਰਿਸਪੋਂਡਰ ਦੀ ਤਰ੍ਹਾਂ ਉੱਥੇ ਐਕਟ ਕਰਨਗੇ। ਕਿਸ ਤਰੀਕੇ ਦੋ ਸ਼ਿਫਟਾਂ 'ਚ ਦੱਸਿਆ ਜਾ ਰਿਹਾ ਕਿ ਕੰਮ ਕਰਨਗੇ ਜਿਹੜੇ ਸੁਰੱਖਿਆ ਕਰਮੀ ਹੋਣਗੇ, ਕਿੰਨੇ ਕਿੰਨੇ ਘੰਟੇ ਦੀ ਸ਼ਿਫਟ ਹੋਏਗੀ? ਜੀ 12-12 ਘੰਟੇ ਦੀ ਸੀ ਸ਼ਿਫਟ ਹੈਗੀ ਆ, ਔਰ ਇੱਕ ਸ਼ਿਫਟ ਵਿੱਚ 4 ਮੁਲਾਜ਼ਮ ਜਿਹੜੇ ਹੈਗੇ ਇੱਕ ਟਾਈਮ ਇੱਕ ਗੱਡੀ ਵਿੱਚ ਮੌਜੂਦ ਰਹਿਣਗੇ। ਕਿਸ ਤਰੀਕੇ ਨਾਲ ਹੋਏਗਾ ਕੋਲ ਪਹਿਲੇ ਥਾਣੇ ਆਵੇਗੀ ਜਾਂ ਡਾਇਰੈਕਟਰਾਂ ਤੱਕ ਰਿਸਪੌਂਸ ਹੋਏਗਾ? ਕਿਉਂਕਿ ਕੰਟਰੋਲ ਰੂਮ ਜ਼ਿਲ੍ਹੇ ਦਾ ਆਲਰੇਡੀ ਐਕਟਿਵ ਹੈਗਾ ਜੀ, ਕੰਟਰੋਲ ਰੂਮ ਚੱਲਦਾ ਹੈਗਾ, ਇਹਨਾਂ ਨੂੰ ਇਹਨਾਂ ਦੇ ਕਾਲ ਸਾਈਨਸ ਦਿੱਤੇ ਜਾ ਚੁੱਕੇ ਆ। ਸੋ ਉੱਥੇ ਅਕੋਰਡਿੰਗਲੀ ਆਪਣੇ SHO ਨੂੰ ਸਿਮਿਲਰਲੀ ਸੀਨੀਅਰ ਅਫਸਰ ਨੂੰ ਨਾਲ ਦੀ ਨਾਲ ਇਨਫੋਰਮ ਕਰਨਗੇ ਕੰਟਰੋਲ ਦੇ ਥਰੂ, ਵਾਇਰਲੈਸ ਦੇ ਥਰੂ। ਮੈਮ ਅਕਸਰ ਦੇਖਣ 'ਚ ਆਇਆ ਕਿ ਇਸ ਤਰ੍ਹਾਂ ਦੇ ਨਾ ਜਦੋਂ ਵਾਹਨ ਚੱਲਦੇ ਆ ਉਸ ਤੋਂ ਬਾਅਦ ਉਹਨਾਂ ਦੀ ਮੇਨਟੇਨੈਂਸ ਤੇਲ ਦਾ ਉਹ ਪ੍ਰਬੰਧ ਨਹੀਂ ਹੁੰਦਾ, ਰੁਕ ਜਾਂਦੇ ਕੁਛ ਚਿਰ ਕਰਕੇ, ਇਹਦੇ ਲਈ ਕੋਈ ਪ੍ਰਬੰਧ ਕੀਤਾ? ਨਹੀਂ ਜੀ, ਬਿਲਕੁਲ ਇਹਨਾਂ ਦਾ ਪ੍ਰਬੰਧ ਆਪਣੇ ਕੋਲ ਹੈਗਾ, ਤੇਲ ਦਾ ਵੀ ਸਾਰਾ ਪ੍ਰਬੰਧ ਹੈਗਾ। ਸੋ ਜੋ ਵੀ ਕੋਈ ਮੇਨਟੇਨੈਂਸ ਹੁੰਦੀ ਹੈ ਉਹ ਵੀ ਐਸ ਪਰ ਜੋ ਨੋਰਮਸ ਹੈਗੇ ਉਹਦੇ ਨਾਲ ਲਗਾਤਾਰ ਚੱਲਦੀ ਰਹੂਗੀ। ਨਾ ਪਬਲਿਕ ਦੇ ਮਨ ਵਿੱਚ ਸਵਾਲ ਆਊਗਾ ਕਿ ਪਬਲਿਕ ਇਹਨਾਂ ਨੂੰ ਪਹੁੰਚ ਕਰੇ ਜਾਂ ਡਾਇਰੈਕਟ ਕਾਲ ਸੈਂਟਰ ਤੇ ਕਰੇ? ਨਹੀਂ ਜੀ, ਪਬਲਿਕ ਦਾ ਇਹ ਕਿ ਪਬਲਿਕ ਦੇ ਲਈ ਸੜਕਾਂ ਤੇ ਮੌਜੂਦ ਹੈਗੇ ਆ। ਅਗਰ ਪਬਲਿਕ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਜਾਂ ਇਹਨਾਂ ਦੇ ਸਾਹਮਣੇ ਕੋਈ ਐਵੇਂ ਦਾ ਹਾਦਸਾ ਹੁੰਦਾ, ਕਿਉਂਕਿ ਰਾਤ ਨੂੰ ਵੀ ਐਕਟਿਵ ਰਹਿਣਗੇ, ਸੋ ਉਹਨੂੰ ਇਹ ਰਿਸਪੋਂਡ ਕਰਨਗੇ, ਉਹ ਪਬਲਿਕ ਲਈ ਜਾ ਕੇ ਰਿਸਪੋਂਡ ਕਰਨਗੇ। ਪਬਲਿਕ ਜੋ ਹੈਗੀ ਹੈ ਜੋ ਆਪਣੇ ਹੈਲਪਲਾਈਨ ਨੰਬਰਸ ਹੈਗੇ ਉਹਨਾਂ 'ਤੇ ਰਿਸਪੋਂਡ ਆਪਣਾ ਕਾਲ ਕਰਕੇ ਕੁਛ ਵੀ ਇਨਫੋਰਮੇਸ਼ਨ ਦੇ ਸਕਦੀ ਹੈ। ਇਹਨਾਂ ਦੇ ਨੰਬਰ ਸਪੈਸ਼ਲੀ ਕੀਤੇ ਜਾਣੇ ਕਿਤੇ ਜੀ ਲੋਕਾਂ ਲਈ ਪਬਲਿਸ਼? ਨਹੀਂ ਜੀ, ਇਹਨਾਂ ਦੇ ਲੋਕਲ ਲੋਕਾਂ ਲਈ ਨੰਬਰਸ ਨਹੀਂ ਹੈਗੇ, ਇਹ ਉੱਥੇ ਗੱਡੀਆਂ ਜਿਹੜੀਆਂ ਹੈਗੀਆਂ ਰਿਸਪੋਂਸ ਰਿਸਪੋਂਡਰ ਦੀ ਤਰ੍ਹਾਂ ਐਕਟ ਕਰਨਗੇ। ਇਹਨਾਂ ਦੇ ਕੋਈ ਸਪੈਸ਼ਲ ਨੰਬਰਸ ਨਹੀਂ ਹੈਗੇ, ਪਰ ਫਿਰ ਵੀ ਅਗਰ ਤੁਸੀਂ ਚਾਹੁੰਦੇ ਹੋ, ਅਗਰ ਪਬਲਿਕ ਚਾਹੁੰਦੀ ਹੈ, ਤਾਂ ਅਸੀਂ ਇਹਨਾਂ ਜਿਹੜੇ ਨੰਬਰਸ ਹੈਗੇ ਸਰਕੂਲੇਟ ਕਰ ਦਾਂਗੇ, ਤਾਂ ਕਿ ਅਗਰ ਉਹ ਕਿਸੇ ਰੂਟ 'ਤੇ ਹੈਗੇ ਤਾਂ ਉਹਨਾਂ ਨੂੰ ਪਤਾ ਹੋਵੇ ਵੀ ਇਸ ਰੂਟ 'ਤੇ ਆਹ ਗੱਡੀ ਖੜੀ ਹੈ, ਸੋ ਅਸੀਂ ਉਹ ਪਬਲਿਕ ਨੂੰ ਪ੍ਰੋਵਾਈਡ ਕਰਾ ਦਾਂਗੇ। ਜਿਸ ਤਰ੍ਹਾਂ ਕਿ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਕਿ ਗਵਰਨਮੈਂਟ 'ਚ ਕੋਈ ਵੀ ਗੱਡੀ ਚੱਲਦੀ ਹੈ ਤਾਂ ਉਹਨਾਂ ਦੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ, ਪਰ ਅਸੀਂ ਦੇਖਿਆ ਕਿ ਜਿਹੜੇ 5 ਵਾਹਨ ਤੁਸੀਂ ਅੱਜ ਇੱਥੋਂ ਰਿਲੀਜ਼ ਕੀਤੇ ਨੇ, ਇਹਨਾਂ 5 ਵਾਹਨਾਂ ਦੇ ਆਨਲਾਈਨ ਡਾਕੂਮੈਂਟਸ ਕਿਸੇ ਦੇ ਪੂਰੇ ਨਹੀਂ ਹੈ, ਸਿਰਫ ਆਰਸੀ ਤੋਂ ਬਣਾ ਹੋਰ ਕੋਈ ਨਾ ਇੰਸ਼ੋਰੈਂਸ ਹੈ ਔਰ ਨਾ ਹੀ ਕੋਈ ਇੰਸ਼ੋਰੈਂਸ। ਕੋਈ ਗੱਲ ਨਹੀਂ ਜੀ, ਪੂਰੇ ਕਰਵਾ ਲਾਂਗੇ ਅਸੀਂ। ਅਗਰ ਤੁਸੀਂ ਕਹਿ ਰਹੇ ਹੋ ਕਿ ਪੂਰੇ ਨਹੀਂ ਹੈ, ਤਾਂ ਪੂਰੇ ਜੋ ਵੀ ਡਾਕੂਮੈਂਟਸ ਦੀ ਕਮੀ ਉਹ ਪੂਰੀ ਕਰਵਾ ਦਿੱਤੀ ਜਾਊਗੀ।